ਹਾਂ ਪ੍ਰੋਟੈਸਟ ਕੰਟੀਨਿਊ ਪਟਿਆਲਾ ਵਿਖੇ ਕੰਟੀਨਿਊ ਕੀਤਾ ਜਾ ਰਿਹਾ ਸੀ। ਉਹਦੇ ਵਿੱਚ ਜਿਹੜੀ ਆ ਕੱਲ੍ਹ ਮਾਣਯੋਗ ਓਪੀ ਸੋਨੀ ਮਿਨਿਸਟਰ ਐਜੂਕੇਸ਼ਨ ਇੱਥੇ ਪਟਿਆਲਾ ਵਿਖੇ ਆਏ ਸੀ ਅਤੇ ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਜਿਹੜੀਆਂ ਮੇਨ ਜਿਹੜੀ ਸਾਂਝਾ ਅਧਿਆਪਕ ਯੂਨੀਅਨ ਹੈ ਉਹਨਾਂ ਵੱਲੋਂ ਆਪਦਾ ਪ੍ਰੋਟੈਸਟ ਨੂੰ ਵਿਦਡਰਾਓ ਕਰ ਲਿਆ ਸੀ। ਗੌਰਮੈਂਟ ਨੇ ਕੁਛ ਡਿਮਾਂਡਸ ਮੰਨ ਲਈਆਂ ਅਤੇ ਕੁਛ ਲਈ ਇਹਨਾਂ ਨੂੰ ਅੱਗੇ ਗੱਲਬਾਤ ਕਰਨ ਲਈ ਟਾਈਮ ਦਿੱਤਾ। ਉਹਦੇ ਵਿੱਚੋਂ ਹੁਣ ਪਤਾ ਲੱਗਿਆ ਜਿਹੜਾ ਕਿ ਇੱਕ ਦੋ ਜਥੇਬੰਦੀਆਂ ਜਦਕਿ ਇਹ 20 ਤੋਂ ਜ਼ਿਆਦਾ ਜਿਹੜੀਆਂ ਔਰਗਨਾਈਜੇਸ਼ਨ ਜਿਹੜੀਆਂ ਟੀਚਰਸ ਦੀਆਂ ਉਹ ਕਰ ਰਹੀਆਂ ਸੀ ਉਹਦੇ ਵਿੱਚੋਂ ਦੋ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਤੁਹਾਡੇ ਨਾਲ ਸਹਿਮਤ ਨਹੀਂ, ਅਸੀਂ ਫਿਰ ਵੀ ਪ੍ਰੋਟੈਸਟ ਕਰਾਂਗੇ। ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਪ੍ਰੋਪਰ ਸੁਰੱਖਿਆ ਇੰਤਜ਼ਾਮ ਕੀਤੇ ਕਿਉਂਕਿ ਮਾਣਯੋਗ ਅਦਾਲਤ ਵੱਲੋਂ ਸਖ਼ਤ ਹਦਾਇਤ ਹੈ ਕਿ ਕੋਈ ਵੀ ਜਿਹੜੇ ਆ ਬਿਨਾਂ ਪਰਮਿਸ਼ਨ ਦੇ ਵਿੱਚ ਪਟਿਆਲੇ ਵਿਖੇ ਨਹੀਂ ਕਰ ਸਕਦਾ, ਜਿਹੜਾ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਗਾ। ਅਸੀਂ ਇਹਨਾਂ ਦੇ ਲੀਡਰਸ ਨਾਲ ਤਾਲਮੇਲ ਕੀਤਾ, ਉਹਨਾਂ ਨੂੰ ਇਹ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਆਪਦਾ ਪਰਮਿਸ਼ਨ ਲੈ ਲਓ, ਤੁਹਾਨੂੰ ਪਰਮਿਸ਼ਨ ਦੇ ਕੇ ਬਾਹਰ ਜਿਹੜਾ ਉੱਥੇ ਜਗ੍ਹਾ ਦੇਣ ਲਈ ਤਿਆਰ ਹੈ ਐਡਮਿਨਿਸਟ੍ਰੇਸ਼ਨ, ਤਾਂ ਕਿ ਤੁਸੀਂ ਉੱਥੇ ਆਪਦਾ ਜੋ ਪੀਸਫੁੱਲ ਪ੍ਰੋਟੈਸਟ ਹੈ ਤੁਸੀਂ ਉਹਨੂੰ ਕਰ ਲਓ। ਪਰ ਜੇ ਉਹ ਫਿਰ ਵੀ ਇਸ ਗੱਲ ਦੀ ਬਿਨਾਂ ਪਰਮਿਸ਼ਨ ਲਿਆ ਕਿਤੇ ਰਸਤਾ ਰੋਕਣਗੇ, ਮਾਣਯੋਗ ਅਦਾਲਤ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੋਊਗੀ, ਇਹਦੇ ਨਾਲ ਨਾਲ ਕੋਰਟ ਵੱਲੋਂ ਵੀ ਇਹਦਾ ਸਖ਼ਤ ਨੋਟਿਸ ਲਿਆ ਜਾਊਗਾ ਅਤੇ ਨਾਲ ਨਾਲ ਬਣਦੀ ਜੋ ਪੁਲਿਸ ਵਿਭਾਗ ਵੱਲੋਂ ਵੀ ਅਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਜਿਹੜਾ ਹੁਣ ਤਰ੍ਹਾਂ ਦਿੱਤਾ ਜਾ ਰਿਹਾ ਇਹਨਾਂ ਕੋਲ ਪਰਮਿਸ਼ਨ ਹੈਗੀ ਹੈ? ਇਹ ਮਹਿਮਦਪੁਰ ਮੰਡੀ 'ਚ ਦੇਣਗੇ ਜੀ ਧਰਨਾ? ਜਿਹੜਾ ਹੁਣ ਦੇਣਗੇ ਜੀ? ਨਹੀਂ, ਹਜੇ ਅਸੀਂ ਵੱਖ ਵੱਖ ਜਿਹੜੇ ਰਸਤੇ ਪਟਿਆਲੇ ਨੂੰ ਆਉਂਦੇ ਆ ਅਸੀਂ ਸਾਰੇ ਰਸਤਿਆਂ ਦੇ ਵਿੱਚ ਆਪਦੀ ਫੋਰਸ ਦਾ ਇੰਤਜ਼ਾਮ ਕੀਤਾ ਅਤੇ ਇਹ ਅਪਲਾਈ ਕਰਨ ਤੋਂ ਬਾਅਦ ਜਿਹੜੀ ਐਡਮਿਨਿਸਟ੍ਰੇਸ਼ਨ ਮੇਰੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਆ, ਅਸੀਂ ਬੜੇ ਖੁੱਲ੍ਹੇ ਦਿਲ ਨਾਲ ਕਿ ਇਹਨਾਂ ਨੂੰ ਇਹ ਜਗ੍ਹਾ ਦੇਣ ਲਈ ਤਿਆਰ ਹੈ ਤਾਂ ਕਿ ਆਪਦਾ ਪੀਸਫੁੱਲ ਕਿਸੇ ਨੂੰ ਬਿਨਾਂ ਟ੍ਰੈਫਿਕ ਰੋਕਿਆਂ ਆਮ ਲੋਕਾਂ ਨੂੰ ਵਿੱਚ ਤਕਲੀਫ ਦੇ ਪਾਇਆ ਆਪਦਾ ਪ੍ਰੋਟੈਸਟ ਵੀ ਕਰ ਲੈਣ ਅਤੇ ਆਪਦੀ ਜਿਹੜੀ ਮੰਗ ਆ ਉਹ ਵੀ ਰੱਖ ਲੈਣ। ਪਟਿਆਲਾ ਜ਼ਿਲ੍ਹੇ ਅਸੀਂ ਅੱਜ ਤਕਰੀਬਨ 6,000 ਤੋਂ ਵੱਧ ਅਸੀਂ ਜਿਹੜੀ ਪੁਲਿਸ ਫੋਰਸ ਉਹਦੇ ਵਿੱਚ ਬਹੁਤ ਸਾਰੇ SP ਸਵਾਨ, DSP ਸਵਾਨ, SHO ਹੈ, ਉਹਦੇ ਨਾਲ ਨਾਲ ਐਂਟੀ ਰਾਇਟ ਪੁਲਿਸ ਹੈ, ਸਾਡੇ ਕੋਲ ਵਾਟਰ ਕੈਨਨ ਵਜਰਾ, ਸਾਡੇ ਜੋ ਇੰਤਜ਼ਾਮ ਬਣਦੇ ਆ ਅਸੀਂ ਉਹ ਕਰਾਂਗੇ। ਨਾਲ ਨਾਲ ਜੋ ਜੇ ਕਿਤੇ ਉਲੰਘਣਾ ਕਰਨਗੇ ਉਹਦੀ ਅਸੀਂ ਵੀਡੀਓਗ੍ਰਾਫੀ ਕਰਾਂਗੇ ਤਾਂ ਕਿ ਮਾਣਯੋਗ ਅਦਾਲਤ ਵਿੱਚ ਇਹਨਾਂ ਦੱਸਿਆ ਜਾਵੇ ਕਿ ਇਹ ਅਦਾਲਤ ਦੇ ਹੁਕਮ ਦੀ ਪਰਵਾਹ ਨਹੀਂ ਕਰਦੇ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ। ਜਿਵੇਂ ਕਿ ਹੁਣ ਸਮਾਨਿਆਂ ਦਾ ਵਗੈਰਾ ਲੱਗ ਰਿਹਾ ਉਹਦੇ ਬਾਰੇ, ਜਿਵੇਂ ਕਿ ਪਰਮਿਸ਼ਨ ਹੈ ਨਹੀਂ ਪਰ ਫਿਰ ਵੀ ਇਹਨਾਂ ਦਾ ਕੁਰਸੀਆਂ ਵਗੈਰਾ ਚਾਰ ਜਥੇਬੰਦੀਆਂ ਦਾ ਇਹ ਮੋਰਚਾ ਹੈ, ਇਹ ਵਧਣਾ ਹੈ, ਦੁਬਾਰੇ ਮੋੜ ਕੇ ਇੱਥੇ ਲਿਆਵਾਂਗੇ, ਪਰ ਦਿਸ਼ਾ ਸੇਧ ਦੇ ਵਿੱਚ ਤੁਸੀਂ ਸਾਰੇ ਨੇ ਕਹੀ ਕੱਲ ਕਿੱਡੀ
ਮਰਜ਼ੀ ਹਨੇਰੀ ਵਗੀ, ਆਪਾਂ ਇਹ ਗੱਲ ਉਸ ਰਹਿ ਦੀ, ਉਸ ਸਮਝ ਦੀ, ਉਸ ਮੰਗ ਦੀ ਤਰਜਮਾਨੀ ਕਰਨ ਵਾਸਤੇ ਮੈਦਾਨ ਦੇ ਵਿੱਚ ਖੜ੍ਹੇ ਹਾਂ, ਇਸ ਗੱਲ ਕਰਕੇ ਖੜ੍ਹੇ ਹਾਂ ਕਿ ਹੁਣ ਐਂ ਨਿਬੜਾ ਕਰਾ ਹਕੂਮਤ ਜਿਵੇਂ ਚਾਹੂਗੀ, ਹਕੂਮਤ ਜਿਵੇਂ ਪਰਖੂਗੀ, ਆਪਾਂ ਉਹ ਪਰਖ ਦੇ ਵਿੱਚ ਹੀ ਲੰਘਾਂਗੇ। ਇੱਕ ਮਸੀਹ ਦਾ ਕਹਿੰਦੇ ਕਰਨ ਲੰਮੇ ਸਮੇਂ ਤੋਂ ਸਾਡਾ ਸਰਕਾਰ ਦੇ ਖਿਲਾਫ਼ ਜਿਹੜਾ ਤਨਖਾਹ ਕਟੌਤੀ ਦੇ ਮਸਲੇ ਨੂੰ ਅਤੇ ਪੰਜਾਬ ਦੇ ਅਧਿਆਪਕਾਂ ਦੀਆਂ ਕੁੱਲ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਜਾਰੀ ਹੈ ਉਸੇ ਦੀ ਲਗਾਤਾਰਤਾ ਵਿੱਚ, ਕਿਉਂਕਿ ਸਰਕਾਰ ਵੱਲੋਂ ਕੋਈ ਠੋਸ ਅਧਿਆਪਕਾਂ ਪ੍ਰਤੀ ਫੈਸਲਾ ਨਹੀਂ ਲਿਆ ਗਿਆ। ਸਰਕਾਰ ਦੇ ਅਸੀਂ ਲਾਰਿਆਂ ਨੂੰ ਪਹਿਲਾਂ ਵੀ ਅਸੀਂ ਸੁਣਦੇ ਆ ਰਹੇ ਅਤੇ ਇਹ ਕੇਵਲ ਹੁਣ ਅਸੀਂ ਲਾਰੇ ਮੰਨਦੇ ਹਾਂ, ਇਸ ਲਈ ਅਸੀਂ ਆਪਦੀ ਐਜੂਕੇਸ਼ਨ ਨੂੰ ਕੰਟੀਨਿਊ ਰੱਖਦੇ ਅੱਜ ਦਾ ਜਿਹੜਾ ਐਲਾਨ ਸੀ ਉਹਨੂੰ ਅਸੀਂ ਕਰ ਰਹੇ ਹਾਂ। ਜਿਹੜਾ ਕੱਲ੍ਹ ਸੀ ਕੀ ਕਰਨ ਲਿਆ ਜਿਹੜਾ ਕੱਲ੍ਹ ਧਰਨਾ ਚੁੱਕਿਆ ਗਿਆ, ਉਹਨਾਂ ਕਹਿੰਦੇ ਸਾਰਾ ਸਾਂਝੇ ਮੋਚਾ ਚੁੱਕਿਆ ਗਿਆ ਧਰਨਾ? ਦੇਖੋ ਜੀ, ਪੰਜਾਬ ਦੇ ਕੁੱਲ ਅਧਿਆਪਕਾਂ ਦੀਆਂ ਜਿਹੜੇ ਮੰਗਾਂ ਦੇ ਮਸਲੇ ਨੇ ਉਹ ਕੇਵਲ ਗੱਲਾਂ ਅਤੇ ਜਵਾਨੀ ਵਾਅਦਿਆਂ ਨਾਲ ਨਹੀਂ ਪੂਰੇ ਹੋਣ ਵਾਲੇ। ਅਸੀਂ ਸਰਕਾਰ ਨਾਲ ਵਾਰ ਵਾਰ ਗੱਲ ਕਰਦੇ ਹਾਂ ਕਿ ਉਹ ਟੇਬਲ 'ਤੇ ਬੈਠ ਕੇ ਇਹਨੂੰ ਕੰਕਰੀਟ ਰੂਪ 'ਚ ਹੱਲ ਕਰਨ, ਕੇਵਲ ਬਿਆਨਬਾਜ਼ੀ ਨਾਲ ਅਸੀਂ ਸੰਤੁਸ਼ਟ ਨਹੀਂ। ਇਸ ਲਈ ਅਧਿਆਪਕ ਅੱਜ ਸੜਕ 'ਤੇ ਨੇ ਅਤੇ ਸੰਘਰਸ਼ ਜਿਹੜਾ ਸਾਂਝੇ ਮੋਰਚੇ ਨੇ ਬੰਦ ਕਰ, ਫਿਰ ਉਹਦੇ ਲਈ ਤੁਹਾਡਾ ਕੀ ਹੈ? ਅਸੀਂ ਸਾਂਝੇ ਦੇ ਆਪ ਮੋਰਚੇ ਦਾ ਹਿੱਸਾ ਕੱਲ ਵੀ ਸੀ ਤੇ ਅੱਜ ਵੀ ਹੈਗੇ। ਇਹਨਾਂ ਚੋਂ ਸਾਂਝੇ ਦੇ ਆਪ ਮੋਰਚੇ ਦਾ ਇੱਕ ਹਿੱਸਾ ਇਹ ਸਮਝ ਰੱਖਦਾ ਕਿ ਸਰਕਾਰ ਹਾਲੇ ਤੱਕ ਇਸ ਗੱਲ ਨੂੰ ਲਿਖਤੀ ਤੌਰ ਤੇ ਨਹੀਂ ਲਿਆ ਰਹੀ। ਅਧਿਆਪਕਾਂ 'ਚ ਰੋਸ ਆ, ਪੰਜਾਬ ਦੇ ਕੁੱਲ ਅਧਿਆਪਕਾਂ 'ਚ ਰੋਸ ਆ, ਉਸ ਰੋਸ ਦੀ ਨੁਮਾਇੰਦਗੀ ਕਰਦੇ ਅੱਜ ਅਸੀਂ ਇੱਥੇ ਸੜਕ ਤੇ ਬੈਠੇ ਹਾਂ ਤੇ ਆਪਦਾ ਪ੍ਰੋਗਰਾਮ ਲੀਕ ਕਰ ਰਹੇ ਹਾਂ। ਪੱਕਾ ਮੋਰਚਾ ਰਹੇਗਾ ਜਾਂ ਹੋਰ ਕੁਛ ਸਮੇਂ ਲਈ ਅੱਜ ਬੈਠੋਗੇ? ਅਸੀਂ ਦੇਖੋ, ਸਾਡੀ ਕਾਲ 2 ਦਸੰਬਰ ਬੈਗ ਤੇ ਕੰਬਲ ਸੀ, ਸਾਰੇ ਅਧਿਆਪਕਾਂ ਦੇ ਬੈਗਾਂ ਦੇ ਪੂਰੀ ਤਿਆਰੀ ਸਮੇਤ ਆਏ ਹਾਂ। ਅਸੀਂ ਸਾਡਾ ਜੋ ਅਗਲਾ ਪ੍ਰੋਗਰਾਮ ਉਹ ਸੂਬਾ ਕਮੇਟੀ ਅਸੀਂ ਤੈਅ ਕਰਕੇ ਐਲਾਨ ਕਰਾਂਗੇ।